70 बोनस मालूस बोनस मालूस ਦੇ ਬਾਰੇ ਪੜਾਂ ਲਗੇ ਆ ਭਾਈ बोनस मालूस ਕੀ ਚੀਜ਼ ਥੋੜਾ ਫੋਟੋ ਦੇਖੋ ਹੁਣ ਗੱਡੀ ਦੇ ਥੱਲੇ ਉਹਨੇ ਪੈਸੇ ਰੱਖੇ ਨੇ बोनस ਪੰਜਾਬੀ ਵਿੱਚ ਵੀ ਤੁਸੀਂ ਕਹਿੰਦੇ ਹੋ ਬੋਨਸ ਲੱਭਿਆ ਜੀ ਮਨੋ ਮਤਲਬ ਫਾਇਦਾ ਹੋ ਗਿਆ मालूस ਮਾਲੇ ਹੋ ਗਿਆ ਕੰਮ ਖਰਾਬ ਹੋ ਗਿਆ ਯਾਨੀ ਇਹ ਕਿ ਇਹ ਬੋਨਸ ਮਾਲੂਸ ਮਾਲੂਸ ਕਿ ਭਾਈ ਜੇ ਤੁਸੀਂ ਐਕਸੀਡੈਂਟ ਨਹੀਂ ਕਰੋਗੇ ਪੂਰਾ ਸਾਲ ਤੇ ਤੁਹਾਨੂੰ ਫਾਇਦਾ ਹੋ ਗਿਆ ਤੁਹਾਡੀ ਇੰਸ਼ੋਰੈਂਸ ਸਸਤੀ ਹੋ ਗਈ 500 ਯੂਰੋ ਦਾ ਬਚਤ ਹੋ ਜਾਣੀ ਹੈ ਤੁਹਾਨੂੰ ਬੋਨਸ ਜੇ ਜੇ ਐਕਸੀਡੈਂਟ ਕਰੋਗੇ ਪੂਰਾ ਸਾਲ ਵਿੱਚ ਤੇ ਥੋੜਾ ਜਿਹਾ ਫਿਰ ਅਗਲੀ ਵਾਰੀ ਜ਼ਿਆਦਾ ਕਿਸ਼ਤ ਮਹਿੰਗੀ ਹੋ ਜਾਏਗੀ ਮਾਲੂਸ ਮਾਲੇ ਹੋ ਗਿਆ ਕੰਮ ਸੀਨ ਬੋਨਸ ਮੀਨ ਮਤਲਬ ਅਗਲੇ ਸਾਲ ਇਨਸ਼ੋਰੈਂਸ ਦੇ ਪੈਸੇ ਤੁਹਾਨੂੰ ਘੱਟ ਦੇਣੇ ਪੈਣਗੇ ਇਨਸ਼ੋਰੈਂਸ ਥੋੜੀ ਜੀ ਸਸਤੀ ਹੋ ਜਾਏਗੀ ਤੁਹਾਡੀ ਮਾਲਸ ਇਨਸ਼ੋਰੈਂਸ ਮਹਿੰਗੀ ਹੋ ਜਾਏਗੀ ਜਦੋਂ ਐਕਸੀਡੈਂਟ ਜ਼ਿਆਦਾ ਕਰੋਗੇ ਬੈਲੰਸ ਅੱਛਾ ਬੋਨਸ ਮਾਲਸ ਦਾ ਵੀ ਨਿਸ਼ਾਨੀ ਹੈਗੀ ਬਾਈ ਇੱਕੋ ਹੀ ਸਵਾਲ ਵੇਰ ਹੋਏ ਹੈ ਨਾ ਨੋਮੈਰੋ ਆਇਆ ਬਾਕੀ ਬੋਨਸ ਮਾਲਸ ਸਾਰਾ ਹੀ ਗਲਤ ਹੈ ਆ ਇਹਦੀ ਵੀ ਟੈਨਸ਼ਨ ਤੁਹਾਨੀ ਰਹਿਣੀ ਆੰਦਾ ਜਿਹੜੀ ਇੰਸ਼ੋਰੈਂਸ ਰਿਸਪੌਂਸਿਬਿਲਿਟੀ ਚਿਵਿਲੇ ਆਉਟੋ ਆਰਸੀਏ ਵਾਲੀ ਇਹਦੇ ਚ ਕੋਨਟਰੈਕਟ ਟੇਗਾ ਇੱਕ ਫਾਰਮੂਲਾ ਇਹਨਾਂ ਨੇ ਬਣਾਇਆ ਹੈ ਬੋਨਸ ਮਾਲਸ ਕੰਪੂਰਟਾ ਇਹਦੇ ਵਿੱਚ ਵਰੀਅਸ ਉਹਨੇ ਚੇਂਜ ਹੁੰਦਾ ਰਹਿੰਦਾ ਹੈ ਤਬਦੀਲ ਤਬਦੀਲ ਹੁੰਦੀ ਰਹਦੀ ਹੈ ਅਨੁਵਾਲੇ ਹਰ ਸਾਲ ਪ੍ਰੀਮੀਓ ਕਿਸ਼ਤ ਅਸਿਗੁਰਾਸਿਓਨੇ ਦਾ ਮਾਨੀਕੀਏ ਦੀ ਸ਼ੋਰਸ ਜਿਹੜਾ ਬਨਸ ਬੋਨਸ ਮਾਲਸ ਫਾਰਮੂਲਾ ਹੈ ਨਾ ਇਹ ਕੀ ਚੀਜ਼ ਹੈ ਕਿ ਚੇਂਜ ਹੁੰਦੀ ਰਹਿੰਦੀ ਹੈ ਹਰ ਸਾਲ ਕਿਸ਼ਤ ਤੁਹਾਡੀ ਬਾਜ਼ੇ ਨੁਮੇਰੋ ਜਿਤ ਕੁਆਂਟੀਟੀ ਇਨਸੀਡੈਂਟ ਤੇ ਐਕਸੀਡੈਂਟ ਕਉਜ਼ਾਤੀ ਜਿਹੜਾ ਤੁਸੀਂ ਕੀਤਾ ਐਕਸੀਡੈਂਟ ਦੇ ਸਬੰਧ ਨਾਲ ਬੋਨਸ ਮਾਲਸ ਇਹ ਹੈ ਕਿ ਚੇਂਜ ਹੁੰਦੀ ਰਹਿੰਦੀ ਹੈ ਤੁਹਾਡੀ ਕਿਸ਼ਤ ਐਕਸੀਡੈਂਟ ਦੇ ਸਰਵ ਨਾਲ ਜਿਆਦਾ ਕਰੋਗੇ ਤੇ ਫਿਰ ਮਹਿੰਗੀ ਹੋ ਜਾਏਗੀ ਘਟ ਕਰੋਗੇ ਐਕਸੀਡੈਂਟ ਤੇ ਸਸਤੀ ਹੋ ਜਾਏਗੀ ਇੰਸ਼ੋਰੈਂਸ ਤੁਹਾਡੀ ਬੋਨਸ ਮਾਲਿਸ ਇਹ ਹੈ ਕਿ ਚੇਂਜ ਹੁੰਦੀ ਰਹਦੀ ਹੈ ਤੁਹਾਡੀ ਕਿਸ਼ਤ ਐਕਸੀਡੈਂਟ ਦੇ ਸਰਵ ਨਾਲ ਪ੍ਰੀਮੀਅਮ ਦਾ ਮਨੀ ਹੁੰਦਾ ਜੀ ਕਿਸ਼ਤ ਵਾਰੀਅਸ ਹੋਣੇ ਚੇਂਜ ਹੋਣਾ ਤਬਦੀਲ ਹੋਣਾ ਅੱਛਾ ਫਾਲਸੋ ਸਵਾਲ ਚਾਹੋ ਔਰ ਮੈਂ ਨਿਸ਼ਾਨੀ ਇਹ ਬਣਾਈ ਸੀ ਕਿ ਨੁਮੈਰੋ ਬੋਨਸ ਮਾਲਿਸ ਚ ਵੇਰ ਹੋਏ ਇਹ ਕਿਹਨੂੰ ਬੋਨਸ ਮਾਲਸ ਦਾ ਸਵਾਲ ਹੈ ਨੰਮਰੋ ਆਇਆ ਹੈ ਬਸ ਵੇਰੋ ਰੱਖਣਾ ਬਾਕੀ ਬੋਨਸ ਮਾਲਸ ਦਾ ਪੜਿਆ ਤੁਸੀਂ ਪਰ ਨੰਮਰੋ ਕੋ ਨਹੀਂ ਆਇਆ ਐਫ ਕਰ ਦਿਓ ਬੋਨਸ ਮਾਲਸ ਦਾ ਸਵਾਲ ਹੈ ਨੰਮਰੋ ਕੋ ਨਹੀਂ ਆਇਆ ਐਫ ਕਰ ਦਿਓ ਬੋਨਸ ਮਾਲਸ ਦਾ ਸਵਾਲ ਹੈ ਨੰਮਰੋ ਕੋ ਨਹੀਂ ਆਇਆ ਐਫ ਕਰ ਦਿਓ ਕੀ ਟੈਨਸ਼ਨ ਹੈ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ ਅੰਦਰ ਜਿਹੜਾ ਫਾਰਮੂਲਾ ਹੈ ਇੰਸ਼ੂਰੈਂਸ ਦਾ ਬੋਨਸ ਮਾਲਸ ਨੂੰ ਅਪਲੀਕਾ ਇਹ ਅਪਲਾਈ ਨਹੀਂ ਹੁੰਦਾ ਮੋਟਰਸਾਈਕਲ ਤੇ ਫਾਲਸੋ ਸਬ ਪਰ ਰਿਪਲਾਈ ਹੁੰਦਾ ਹੈ ਬੋਨਸ ਮਾਲਸ ਅਜੀ ਅਸੀਕੁਰਾਸ ਹੋਣੀ ਜਿਹੜੀ ਇੰਸ਼ੋਰੈਂਸ ਹੈ ਰਿਸਪੌਂਸਿਬਿਲਟੀ ਚੀ ਵੀ ਲੈ ਆਉਤੋ ਯਾਨੀ ਆਰਸੀਏ ਵਾਲੀ ਜਿਹੜੀ ਇੰਸ਼ੋਰੈਂਸ ਹੈ ਆਰਸੀ ਇੰਸ਼ੋਰੈਂਸ ਦੀ ਪਾਲਿਸੀ ਦਾ ਨਾ ਹੈ ਅਨੇ ਆਰਸੀਏ ਇੰਸ਼ੋਰਸ ਵਿੱਚ ਇੱਕ ਫਾਰਮੂਲਾ ਰੱਖਿਆ ਗਿਆ ਹੈ ਬੋਨਸ ਮਾਲਸ ਵੀ ਇਹਨੇ ਆਟੋਮੈਟਿਕਮੈਂਟ ਇਹ ਆਟੋਮੈਟਿਕ ਅਨੁਲਾਤਾ ਜ਼ੀਰੋ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਪ੍ਰੋਵੋਕਾ ਨੂੰ ਪੀਯੂ ਦੀ ਜੇ ਕਰੋਗੇ ਜ਼ਿਆਦਾ ਦੂ ਅਕਸੀਡੈਂਟੀ ਦੋ ਤੋਂ ਜ਼ਿਆਦਾ ਐਕਸੀਡੈਂਟ ਦਾ ਬੋਨਸ ਮਾਲਸ ਵਾਲਾ ਜਿਹੜਾ ਫਾਰਮੂਲਾ ਹੈ ਨਾ ਜੀ ਇਹ ਬਿਲਕੁਲ ਖਤਮ ਹੋ ਜਾਂਦਾ ਹੈ ਜੇ ਦੋ ਤੋਂ ਜ਼ਿਆਦਾ ਐਕਸੀਡੈਂਟ ਕਰੋਗੇ ਫਾਲਸੋ ਖਤਮ ਤੋਂ ਨਹੀਂ ਹੁੰਦਾ ਮਤਲਬ ਮਾਲਸ ਹੋ ਜਾਂਦਾ ਹੈ ਜ਼ਿਆਦਾ ਐਕਸੀਡੈਂਟ ਕਰੋਗੇ ਨਹੀਂ ਕਰੋਗੇ ਤੇ ਬੋਨਸ ਹੋ ਲੱਗ ਜਾਏਗਾ ਨਾਲ ਮਤਲਬ ਇੰਸ਼ੋਰੈਂਸ ਸਸਤੀ ਹੋ ਜਾਏਗੀ ਤੀਸਰਾ ਸਵਾਲ ਇਹ ਚੌਥਾ ਸਵਾਲ ਜਿਹੜੀ ਇੰਸ਼ੋਰੈਂਸ ਸਿਆਸੀ ਕੁਰਾਸਿਓ ਨੇ ਇੰਸ਼ੋਰੈਂਸ ਹੈ ਰਿਸਪੌਂਸਬਿਲਿਟੀ ਚਿਵੀ ਲਈ ਆਉਤੋ ਯਾਨੀ ਆਰਸੀਏ ਵਾਲੀ ਇਹਦਾ ਹੀ ਸ਼ਾਰਟ ਹੈ ਆਰਸੀਏ ਪਾਲੀਸੀ ਦਾ ਨਾ ਇੰਸ਼ੋਰੈਂਸ ਦੀ ਪਾਲੀਸੀ ਆ ਜਿਹੜੀ ਆਰਸੀਏ ਵਾਲੀ ਇੰਸ਼ੋਰੈਂਸ ਹੈ ਇਹਦੇ ਚ ਇੱਕ ਕੰਟਰੈਕਟ ਹੈਗਾ ਇੱਕ ਫਾਰਮੂਲਾ ਹੈਗਾ ਬੋਨਸ ਮਲਸੋ ਦਾ ਨਾ ਹੈ ਵੀਏ ਨੇ ਸਟੈਬਿਲਿਟੋ ਇਹ ਬਣਾਇਆ ਜਾਂਦਾ ਹੈ ਕਾਨੂੰਨ ਜੂ ਦੀ ਚ ਜੱਜ ਬਣਾਉਂਦਾ ਹੈ ਅੰ데 ਜਿਹੜਾ ਬੋਨਸ ਮਲਸ ਵਾਲਾ ਹੈਗਾ ਨਾ ਫਾਰਮੂਲਾ ਇਹ ਜੱਜ ਬਣਾਉਂਦਾ ਹੈ ਇਹ ਕਾਨੂੰਨ ਜੱਜ ਬਣਾਉਂਦਾ ਹੈ ਫਾਲਸ ਇਹ ਲੇਜੇ ਦੇ ਸਾਬ ਨਾਲ ਹੀ ਚੀਜ਼ਾਂ ਬੜੀਆਂ ਕਾਨੂੰਨ ਦੇ ਸਾਬ ਮੈਂ ਤੇ ਸੋਖਾ ਹੀ ਕਰ ਲਿਆ ਬਈ ਬੋਨਸ ਮਲਸ ਚ ਨੰਬਰੋ ਬਸ ਵੀਰੋ ਹੀ ਬਾਕੀ ਸਭ ਫਾਲਸ ਹੋਏ ਫਾਲਸੋ ਕਿਆ ਕੀ ਇਸੂ ਜੀ ਬੋਨਸ ਮਾਲਸ ਮੋਟਰਸਾਈਕਲ ਤੇ ਅਪਲਾਈ ਨਹੀਂ ਹੁੰਦਾ ਫਾਲਸੋ ਬੋਨਸ ਮਾਲਸ ਜੇ ਦੋ ਤੋਂ ਜ਼ਿਆਦਾ ਐਕਸੀਡੈਂਟ ਕਰੋ ਤੇ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਫਾਲਸੋ ਬੋਨਸ ਮਾਲਸ ਜੱਜ ਦੱਸਦਾ ਹੈ ਕਿ ਕਿੰਨੇ ਦੇ ਪੈਸੇ ਹੋਣੇ ਚਾਹੀਦੇ ਨੇ ਬੋਨਸ ਦੇ ਕਿੰਨੇ ਮਾਲਸ ਤੇ ਫਾਲਸੋ ਅਵਲਪੀ 270 ਡਾਕੂ ਟਾਪਿਕ ਕੀ ਹੈ ਜੀ ਡਾਕੂਮੈਂਟੀ ਡਾਕੂਮੈਂਟ ਇਮਪਰੀਜ਼ਾ ਅਸਿਗੁਰਾਟ੍ਰੀਚੇ ਇੰਸ਼ੋਰੈਂਸ ਕੰਪਨੀ ਵਾਲੇ ਰੀਲਾ ਸ਼ਾਰੇ ਦਿੰਦੇ ਨੇ ਅਸਿਕੁਰਾ ਤੋਂ ਜਦੋਂ ਇੰਸ਼ੋਰਸ ਕਰਾਉਂਦੇ ਆ ਔਰ ਓਬਲੀਗੋ ਇਹ ਜ਼ਰੂਰੀ ਨੇ ਤੇ ਨੇਰੇ ਰੱਖੋ ਬੋਰਦੋ ਗੱਡੀ ਦੇ ਵਿੱਚ ਅਜੀ ਕਿਹੜੇ ਡਾਕੂਮੈਂਟ ਇੰਸ਼ੋਰਸ ਵਾਲੇ ਤੁਹਾਨੂੰ ਦਿੰਦੇ ਨੇ ਔਰ ਗੱਡੀ ਦੇ ਵਿੱਚ ਤੁਹਾਨੂੰ ਰੱਖਣੇ ਚਾਹੀਦੇ ਨੇ ਬੋਰਦੋ ਵੀ ਅੰਦਰ ਗੱਡੀ 'ਚ ਦੇਣਾ ਕੀ ਉਹਨਾਂ ਨੇ ਸਾਨੂੰ ਸਾਨੂੰ ਭਾਈ ਲੈ ਹੀ ਲੈਂਦੇ ਨੇ ਜੋ ਕੁਝ ਪੈਸੇ ਜੇਬ ਖਾਲੀ ਕਰ ਦਿੰਦੇ ਨੇ ਡਾਕੂਮੈਂਟ ਦਿੰਦੇ ਨੇ ਇੱਕ ਤੇ ਇਹ ਕਾਗਜ਼ ਦਿੰਦੇ ਨੇ ਇਹਦਾ ਨਾਮ ਹੈਗਾ ਸਰਟੀਫିକਾਟੋ ਦੀ ਅਸੀਕੁਰਾਸਿਓਨੇ ਸਰਟੀਫਿਕਾਟੋ ਦੀ ਅਸੀਕੁਰਾਸਿਓਨੇ ਔਰ ਇਹਦੇ ਵਿੱਚ ਇਹ ਟਿਕਟ ਜੀ ਲੱਗੀ ਹੁੰਦੀ ਏ ਇਹ ਸਾਡੀ ਗੱਡੀ 'ਚ ਹੋਣੀ ਚਾਹੀਦੀ ਏ ਕਈ ਵਾਰ ਤੁਸੀਂ ਫੋਨ ਤੇ ਆਨਲਾਈਨ ਇੰਸ਼ੋਰੈਂਸ ਕਰਾ ਲੈਂਦੇ ਹੋ ਹੋਣੀ ਚਾਹੀਦੀ ਹੈ ਨਹੀਂ ਹੋ ਸਕਿਆ ਤੇ ਫੋਟੋ ਮੰਗਵਾ ਲਓ ਮੋਬਾਈਲ ਤੁਹਾਡੇ ਚ ਵੀ ਹੋਵੇ ਨਾ ਫਿਰ ਵੀ ਕੰਮ ਚੱਲ ਜੇਗਾ ਲੇਕਿਨ ਮੋਬਾਈਲ ਇਤਨਾ ਠੀਕ ਨਹੀਂ ਲੇਕਿਨ ਤੁਹਾਡੀ ਗੱਡੀ ਦੇ ਵਿੱਚ ਹੋਣੀ ਚਾਹੀਦੀ ਨਹੀਂ ਤੇ ਪਰਚਾ ਨਾ ਤੁਹਾਡੇ ਮੋਬਾਈਲ ਚ ਤੇ ਹੋਵੇ ਪੁਲਿਸ ਵਾਲੇ ਆਉਣ ਤੇ ਫਿਰ ਬਾਕੀ ਅੱਜ ਕੱਲ ਇਹਨਾਂ ਨੇ 2020 ਚੱਲ ਰਿਹਾ ਤੇ ਹੁਣ ਇਹ ਉਹਨਾਂ ਨੇ ਨੰਬਰ ਪਲੇਟ ਦੇ ਵਿੱਚ ਹੀ ਪਾ ਦਿੱਤਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਯਾਨੀ ਆਨਲਾਈਨ ਕੰਪਿਊਟਰ ਦੇ ਵਿੱਚ ਇਹ ਸਿਸਟਮ ਹੈ ਨਹੀਂ ਵੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਇੰਸ਼ੋਰੈਂਸ ਹੈ ਜਾਂ ਨਹੀਂ ਬਹਰਾਲ ਇੱਕ ਕਾਗਜ਼ ਜ਼ਰੂਰੀ ਹੈ ਜੀ ਤੇ ਪਹਿਲਾ ਸਵਾਲ ਦੋ ਪੋਲਾ ਫੀਰਮਾ ਜਦੋਂ ਤੁਸੀਂ ਦਸਖਤ ਕਰਦੇ